ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰ ਟੀ ਵੀ ਲਵ ਵਲੋਗਸ ਦੇ ਵਿੱਚ। ਅੱਜ ਦੀ ਵੀਡੀਓ ਸੈਟਰਡੇ ਮਾਰਨਿੰਗ ਤੋਂ ਸ਼ੁਰੂ ਹੋ ਰਹੀ ਹੈ। ਮੇਰੇ ਸਾਰੇ ਘਰ ਦੇ ਕੰਮਕਾਰ ਖਤਮ ਹੋ ਚੁੱਕੇ ਆ ਅਤੇ ਇੱਥੇ ਫ੍ਰੀ ਹੋਣ ਤੋਂ ਬਾਅਦ ਮੈਂ ਸੋਚਿਆ ਕਿ ਚਲੋ ਹੈੱਡ ਮਸਾਜ ਕਰ ਲਈਏ, ਕਿਉਂਕਿ ਓਇਲਿੰਗ ਕਰਨੀ ਵੀ ਜ਼ਰੂਰੀ ਹੁੰਦੀ ਆ। ਉਹਦੇ ਨਾਲ ਸਾਡੇ ਫਿਰ ਵਾਲ ਜਿਹੜੇ ਆ ਵਧੀਆ ਬਣੇ ਰਹਿੰਦੇ ਆ। ਅਤੇ ਇੱਕ ਇਹ ਵੀ ਆ ਕਿ ਸੰਡੇ ਨੂੰ ਜਿਹੜਾ ਆ ਫਿਰ ਸਿਰ ਧੋਣਾ ਹੁੰਦਾ ਆ ਤਾਂ ਇੱਕ ਦਿਨ ਪਹਿਲਾਂ ਓਇਲ ਲਗਾ ਲਓ ਤਾਂ ਵਧੀਆ ਹੁੰਦਾ ਆ। ਫਿਰ ਸੋ ਮੈਂ ਇੱਥੇ ਲਗਾ ਰਹੀ ਸੀ। ਮੈਂ ਸੋਚਿਆ ਕਿ ਅੱਜ ਦੀ ਵੀਡੀਓ ਜਿਹੜੀ ਆ ਸ਼ੁਰੂ ਕਰ ਲੈਂਦੇ ਹਾਂ। ਵੈਸੇ ਤਾਂ ਮੈਂ ਆਪਣੇ ਹਸਬੈਂਡ ਤੋਂ ਜਿਹੜੀ ਹੈੱਡ ਮਸਾਜ ਕਰਾ ਲੈਂਦੀ ਹੁੰਦੀ ਹਾਂ, ਪਰ ਕਈ ਵਾਰ ਕੀ ਹੁੰਦਾ ਹੈ ਕਿ ਸੈਟਰਡੇ ਰਾਤ ਨੂੰ ਮੈਨੂੰ ਯਾਦ ਭੁੱਲ ਜਾਂਦਾ ਹੈ ਓਇਲ ਲਗਵਾਉਣ ਦਾ, ਅਤੇ ਡੇ ਟਾਈਮ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਉਹ ਮੋਰਨਿੰਗ ਆਫਿਸ ਚਲੇ ਜਾਂਦੇ ਆ ਅਤੇ ਈਵਨਿੰਗ 'ਚ ਆਉਂਦੇ ਆ। ਤਾਂ ਕਰਕੇ ਫਿਰ ਕਈ ਵਾਰ ਸੰਡੇ ਨੂੰ ਲਗਵਾਉਣਾ ਹੁੰਦਾ ਹੈ ਅਤੇ ਫਿਰ ਸੰਡੇ ਨੂੰ ਲਗਵਾਉਣ ਤੋਂ ਬਾਅਦ ਮੈਨੂੰ ਘੰਟੇ ਦੋ ਘੰਟੇ ਬਾਅਦ ਸਿਰ ਧੋਣਾ ਪੈਂਦਾ ਆ। ਸੋ ਮੈਂ ਸੋਚਿਆ ਕਿ ਅੱਜ ਮੈਂ ਇੱਕ ਦਿਨ ਪਹਿਲਾਂ ਖੁਦ ਹੀ ਲਗਾ ਲੈਂਦੀ ਹਾਂ ਅਤੇ ਜੇ ਮਸਾਜ ਕਰਵਾਉਣੀ ਹੋਊਗੀ ਫਿਰ ਕਰਵਾ ਲੂੰਗੀ। ਅਤੇ ਫਿਰ ਓਇਲ ਲਗਾਉਣ ਤੋਂ ਬਾਅਦ ਜਿਹੜੇ ਆ ਮੈਂ ਇੱਥੇ ਸਮਾਨ ਕੱਢਣ ਲੱਗ ਪਈ ਸੀ, ਅਤੇ ਮੈਂ ਸਮਾਨ 'ਚ ਜਿਹੜੀ ਆ ਆਪਣੇ ਹਸਬੈਂਡ ਦੀ ਸੈਂਡੋਜ਼ ਵਗੈਰਾ ਨਿਕਾਲਣੀਆਂ ਸੀਗੀਆਂ, ਮਤਲਬ ਕਿ ਕੱਢਣੀਆਂ ਸੀ। ਬੈੱਡ ਦੇ ਵਿੱਚ ਜਿਹੜੇ ਨਿਊ ਕੱਪੜੇ ਆ ਮੈਂ ਬੈੱਡ ਦੇ ਵਿੱਚ ਰੱਖ ਦਿੰਦੀ ਹੁੰਦੀ ਹਾਂ ਅਤੇ ਜਦੋਂ ਜ਼ਰੂਰਤ ਪੈਂਦੀ ਆ ਉਦੋਂ ਕੱਢਦੀ ਹੁੰਦੀ ਹਾਂ। ਲਿਆਉਂਦੀ ਮੈਂ ਮਤਲਬ ਕਿ ਜਦੋਂ ਕੱਪੜੇ ਲੈ ਕੇ ਆਉਂਦੀ ਹਾਂ ਉਦੋਂ ਇੱਕ ਦੋ ਜਿਹੜੇ ਆ ਐਕਸਟਰਾ ਕੱਪੜੇ ਲੈ ਕੇ ਆਉਂਦੀ ਹੁੰਦੀ ਹਾਂ ਅੰਡਰ ਗਾਰਮੈਂਟਸ 'ਚ। ਅਤੇ ਕਈ ਵਾਰ ਕੀ ਹੁੰਦਾ ਸਾਡੇ ਕੋਲ ਜਾਣ ਦਾ ਨਹੀਂ ਟਾਈਮ ਲੱਗਦਾ, ਸੋ ਪਹਿਲਾਂ ਹੀ ਲਿਆ ਕੇ ਰੱਖਣੇ ਚਾਹੀਦੇ ਆ। ਅਤੇ ਮੈਂ ਇੱਥੇ ਉਹਨਾਂ ਲਈ ਸੈਂਡੋ ਇੱਕ ਕੱਢਣੀ ਸੀ, ਅਤੇ ਫਿਰ ਮੈਂ ਕੀ ਦੇਖਿਆ ਕਿ ਇੱਕ ਮੈਂ ਸੂਟ ਵੀ ਲਿਆਂਦਾ ਪਿਆ ਹੋਇਆ ਆ, ਅਤੇ ਮੈਂ ਸੋਚਿਆ ਕਿ ਘਰ ਪਾਉਣ ਲਈ ਚਲੋ ਸੂਟ ਨੂੰ ਸਿਲ ਲੈਂਦੀ ਹਾਂ। ਅਤੇ ਤਾਂ ਫਿਰ ਇੱਥੇ ਮੈਂ ਸੂਟ ਨੂੰ ਜਿਹੜਾ ਆ ਖੋਲ੍ਹ ਕੇ ਦੇਖ ਰਹੀ ਸੀ, ਅਤੇ ਕਿਉਂਕਿ ਜਦੋਂ ਸੂਟ ਨੂੰ ਅਸੀਂ ਕਟਿੰਗ ਕਰਨੀ ਹੁੰਦੀ ਆ ਤਾਂ ਪਹਿਲਾਂ ਹੀ ਜਿਹੜਾ ਖੋਲ੍ਹ ਕੇ ਦੇਖ ਲੈਣਾ ਚਾਹੀਦਾ ਹੈ ਕਿ ਕਿਤਿਓਂ ਵੀ ਖਰਾਬ ਵਗੈਰਾ ਨਾ ਹੋਵੇ। ਅਤੇ ਮੈਂ ਇੱਥੇ ਜਿਹੜੇ ਆ ਫਰੰਟ ਬੈਕ ਪੋਰਸ਼ਨ ਆ ਜਿਹੜੇ ਉਹ ਅਲੱਗ ਕਰ ਲਏ, ਅਤੇ ਮੈਂ ਇਹਨੂੰ ਤਹਿ ਲਗਾ ਕੇ ਰੱਖ ਲੈਣਾ ਚੈੱਕ ਕਰਨ ਤੋਂ ਬਾਅਦ। ਅਤੇ ਫਿਰ ਨੀਚੇ ਜਾ ਕੇ ਮੈਂ ਜਿਹੜੀ ਇਹਦੀ ਕਟਿੰਗ ਕਰੂੰਗੀ, ਕਿਉਂਕਿ ਮੈਂ ਸਿਲਾਈ ਦਾ ਕੰਮ ਜਿਹੜਾ ਉਹ ਨੀਚੇ ਵਾਲੇ ਪੋਰਸ਼ਨ 'ਚ ਕਰਦੀ ਹੁੰਦੀ ਹਾਂ। ਮੇਰੀਆਂ ਮਸ਼ੀਨਸ ਵਗੈਰਾ ਸਾਰੀਆਂ ਉੱਥੇ ਹੀ ਪਈਆਂ ਆ ਸਿਲਾਈ ਦੀਆਂ। ਕੱਪੜੇ ਜਿਹੜੇ ਆ ਮੈਂ ਖੁਦ ਹੀ ਸੀਨੀ ਹਾਂ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਅਤੇ ਖੁਦ ਕੱਪੜੇ ਸੀਨ ਦਾ ਇੱਕ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਤੁਹਾਡਾ ਦਿਲ ਆ ਤੁਸੀਂ ਸੀਨ ਲਓ। ਅਤੇ ਇਹ ਵੀ ਸੂਟ ਜਿਹੜਾ ਮੈਂ ਇੱਕ ਜਾਂ ਦੋ ਦਿਨ ਦੇ ਵਿੱਚ ਜਿਹੜਾ ਸਿਲ ਲੈਣਾ ਆ। ਅਤੇ ਮੈਂ ਕੱਟ ਕੇ ਪਹਿਲਾਂ ਮੈਂ ਨੀਚੇ ਕੱਟ ਕੇ ਰੱਖੇ ਹੋਏ ਆ ਕੱਪੜੇ, ਪਹਿਲਾਂ ਉਹਨਾਂ ਨੂੰ ਸਿਲੂੰਗੀ। ਅਤੇ ਜਦੋਂ ਵੀ ਮੇਰਾ ਟਾਈਮ ਫ੍ਰੀ ਹੋਈ ਮੈਂ ਤਾਂ ਮੈਂ ਆਪਣਾ ਜਿਹੜਾ ਸੂਟ ਆ ਕੱਟ ਕੇ ਫਿਰ ਸਿਲ ਲਊਂਗੀ। ਅਤੇ ਇਹਨੂੰ ਹੁਣ ਮੈਂ ਤਹਿ ਲਗਾ ਕੇ ਜਿਹੜਾ ਰੱਖ ਦੂੰਗੀ ਚੈੱਕ ਕਰਨ ਤੋਂ ਬਾਅਦ। ਅਤੇ ਚੈੱਕਅਪ ਦੋ ਹੀ ਚੀਜ਼ਾਂ ਕਰਨੀਆਂ ਹੁੰਦੀਆਂ ਕਿ ਵਿੱਚ ਕਿਤੇ ਟੋਕ ਟੂਕ ਨਾ ਲੱਗੀ ਹੋਵੇ ਅਤੇ ਇੱਕ ਜਿਹੜਾ ਕੱਪੜਾ ਆ ਉਹ ਵੀ ਪੂਰਾ ਹੋਵੇ। ਲੋਕਡਾਊਨ ਤੋਂ ਪਹਿਲਾਂ ਕੱਪੜੇ ਲੈ ਕੇ ਆਈ ਸੀ ਅਤੇ ਮੈਂ ਇਕੱਠੇ ਹੀ ਜਿਹੜੇ ਆ ਲੈ ਆਈ ਸੀ, ਕਾਫੀ ਸੂਟ ਮਤਲਬ ਕਿ 8-10 ਸੂਟ ਲੈ ਕੇ ਆਈ ਸੀ ਅਤੇ ਕੁਛ ਕੁ ਸੂਟ ਮੈਂ ਸਿਲ ਲਏ ਸੀ। ਅਤੇ ਲੋਕਡਾਊਨ ਤੋਂ ਬਾਅਦ ਵੀ ਮੈਂ ਸੂਟ ਲੈ ਕੇ ਆਈ ਸੀ, ਪਰ ਮੈਂ ਥੋੜ੍ਹੇ ਸੂਟ ਕੀ ਕੀਤੇ ਸੀ ਲਿਆ ਕੇ ਬੈੱਡ ਵਿੱਚ ਰੱਖਦੇ ਸੀ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿ ਕਰੋਨਾ ਦੇ ਚੱਕਰ 'ਚ ਕਿਤੇ ਆਉਣਾ ਜਾਣਾ ਤਾਂ ਅਸੀਂ ਬਾਹਰ ਹੁੰਦਾ ਨਹੀਂ ਹੈਗਾ, ਸੋ ਕੱਪੜੇ ਸਿਲ ਕੇ ਕੋਈ ਫਾਇਦਾ ਨਹੀਂ ਸੀ। ਅਤੇ ਮੈਂ ਸੋਚਿਆ ਕਿ ਇਸੇ ਤਰ੍ਹਾਂ ਰੱਖ ਲੈਂਦੇ ਹਾਂ, ਕਿਉਂਕਿ ਜੇ ਨਵੇਂ ਸਿਲ ਲਵਾਂਗੇ ਤਾਂ ਉਹ ਕਿਤੇ ਪਾ ਕੇ ਜਾ ਨਹੀਂ ਹੋਣਾ ਅਤੇ ਘਰ ਹੀ ਪਾਉਣੇ ਪੈਣੇ ਆ। ਸੋ ਮੈਂ ਕਿਹਾ ਜਿਹੜੇ ਪਹਿਲੇ ਪੁਰਾਣੇ ਪਏ ਹੋਣੇ ਆ ਉਹ ਰਿਵਾਜ਼ ਵੀ ਚੱਲ ਜਾਣਾ, ਇਸ ਲਈ ਘਰ ਪਾ ਲੈਂਦੇ ਹਾਂ ਪਹਿਲਾਂ ਉਹਨਾਂ ਨੂੰ, ਅਤੇ ਜਦੋਂ ਸਾਡੇ ਕੱਪੜੇ ਖਤਮ ਹੋ ਜੂਗੇ ਖਰਾਬ ਹੋ ਜੂਗੇ ਨਵਿਆਂ ਦੀ ਲੋੜ ਹੋਊਗੀ ਉਦੋਂ ਕੱਢ ਕੇ ਜਿਹੜੇ ਆ ਸਿਲ ਲਵਾਂਗੇ। ਸੋ ਇਸ ਕਰਕੇ ਜਿਹੜੇ ਆ ਮੈਂ ਕੱਪੜੇ ਲਿਆ ਕੇ ਰੱਖੇ ਹੋਏ ਸੀ ਪਹਿਲਾਂ ਹੀ, ਅਤੇ ਹਜੇ ਵੀ ਮੈਂ ਜਿਹੜੇ ਆ 2-3 ਸੂਟ ਵਿੱਚ ਇਸੇ ਤਰ੍ਹਾਂ ਰਹਿਣ ਦਿੱਤੇ ਆ ਬੈੱਡ ਦੇ ਵਿੱਚ। ਹੁਣ ਤਿਉਹਾਰ ਆਉਣੇ ਆ ਅੱਗੇ, ਤਿਉਹਾਰ 'ਤੇ ਮੈਂ ਸਿਲ ਲਵਾਂਗੀ। ਅਤੇ ਇੱਥੇ ਜਿਹੜਾ ਆ ਮੈਂ ਸੂਟ ਨੂੰ ਤਹਿ ਲਗਾ ਕੇ ਰੱਖ ਲਈ ਆ, ਅਤੇ ਇਹਨੂੰ ਜਿਹੜਾ ਆ ਹੁਣ ਮੈਂ ਸਿਲ ਲੈਣਾ। ਇਹਦਾ ਦੁਪੱਟਾ ਜਿਹੜਾ ਮੈਂ ਅਲੱਗ ਕੱਢ ਕੇ ਰੱਖ ਦਿੱਤਾ ਆ, ਕਿਉਂਕਿ ਦੁਪੱਟੇ ਦਾ ਤਾਂ ਨੀਚੇ ਲਿਜਾਣ ਦਾ ਕੋਈ ਕੰਮ ਨਹੀਂ ਹੈਗਾ, ਅਤੇ ਹੁਣ ਮੈਂ ਇਹਨੂੰ ਸਾਰਿਆਂ ਨੂੰ ਚੱਕ ਕੇ ਰੱਖ ਲਵਾਂਗੀ। ਇਸ ਦੇ ਨਾਲ ਹੀ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਜਿਹੜੀ ਆ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਡੀ, ਅਤੇ ਹੋਰ ਵੀ ਨਵੇਂ ਨਵੇਂ ਸਾਨੂੰ ਸੁਜੈਸ਼ਨ ਦਿਆ ਕਰੋ ਕਿ ਤੁਹਾਨੂੰ ਵੀਡੀਓ ਦੇ ਵਿੱਚ ਕੀ ਇਨਕਲੂਡ ਕਰੀਏ, ਕੀ ਦੇਖਣਾ ਤੁਸੀਂ ਪਸੰਦ ਕਰੋਗੇ। ਅਤੇ ਮੈਂ ਜਿਹੜੇ ਕੱਪੜੇ ਆ ਉਹ ਰੱਖ ਲੈ ਆਈ ਸੀ ਨੀਚੇ, ਅਤੇ ਉਸ ਤੋਂ ਬਾਅਦ ਜਿਹੜੇ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਕਿ ਨੀਚੇ ਮੈਂ ਕੱਪੜੇ ਕੱਟ ਕੇ ਰੱਖੇ ਹੋਏ ਆ, ਪਹਿਲਾਂ ਉਹਨਾਂ ਨੂੰ ਸਿਲੂੰਗੀ ਅਤੇ ਬਾਅਦ ਵਿੱਚ ਜਦੋਂ ਟਾਈਮ ਲੱਗੂਗਾ ਫਿਰ ਉਹਨੂੰ ਕੱਟੂੰਗੀ। ਅਤੇ ਇੱਥੇ ਜਿਹੜੀ ਕੱਟੀ ਹੋਈ ਮੈਂ ਸਲਵਾਰ ਜਿਹੜੀ ਆ ਕੱਲ੍ਹ ਸਿਲ ਰਹੀ ਸੀ ਅਤੇ ਮੇਰਾ ਟਾਈਮ ਨਹੀਂ ਲੱਗਾ ਉਹਨੂੰ ਬਾਅਦ ਵਿੱਚ ਕੰਪਲੀਟ ਕਰਨ ਦਾ, ਅਤੇ ਹੁਣ ਮੈਂ ਨੀਚੇ ਆ ਕੇ ਸਲਵਾਰ ਜੋੜੀ ਪਈ ਆ। ਬਸ ਇਹਦੇ ਵਿੱਚ ਜਿਹੜੇ ਇਹਦੇ ਪੌਂਚੇ ਬਣਾਉਣੇ ਆ ਅਤੇ ਚੋਣਾਂ ਵਗੈਰਾ ਪਾਣੀਆਂ ਆ ਉਹ ਪਾ ਲਊਂਗੀ, ਅਤੇ ਇਹ ਸਲਵਾਰ ਨੂੰ ਕੰਪਲੀਟ ਕਰਕੇ ਫਿਰ ਰੱਖ ਦੂੰਗੀ ਅਤੇ ਫਿਰ ਜਿਹੜਾ ਆ ਹੋਰ ਸੂਟ ਕੱਟੂੰਗੀ। ਅਤੇ ਚਲੋ ਮੈਂ ਸੂਟ ਸਿਲ ਲਵਾਂ ਅਤੇ ਤੁਸੀਂ ਵੀਡੀਓ ਨੂੰ ਇੰਜੋਏ ਕਰੋ।
ਕੱਲ ਮੈਂ ਸੂਟ ਸਿਲਣ ਦੇ ਵਿੱਚ ਲੇਟ ਹੋ ਗਈ ਸੀ, ਫਿਰ ਅੱਗੇ ਮੈਂ ਵੀਡੀਓ ਸ਼ੂਟ ਨਹੀਂ ਕਰ ਪਾਈ। ਅਤੇ ਅੱਜ ਹੈਗਾ ਸੰਡੇ, ਸੰਡੇ ਮੋਰਨਿੰਗ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਪੂਰਾ ਵੀਕ ਕੱਪੜੇ ਨਹੀਂ ਧੋਂਦੀ ਹੈਗੀ, ਸੰਡੇ ਨੂੰ ਹੀ ਸਾਰੇ ਕੱਪੜੇ ਧੋਨੀ ਆ। ਸੋ ਇੱਥੇ ਮੋਰਨਿੰਗ ਦੇ ਹਜੇ 6 ਵਜੇ ਦਾ ਟਾਈਮ ਸੀਗਾ ਅਤੇ ਮੈਂ ਕੱਪੜੇ ਸਾਰੇ ਜਿਹੜੇ ਆ ਧੋ ਲਏ ਆ, ਅਤੇ ਹੁਣ ਮੈਂ ਫ੍ਰੀ ਹੋ ਗਈ ਹਾਂ। ਬਸ ਨੀਚੇ ਜਿਹੜੇ ਕੰਮ ਆ ਨੀਚੇ ਜਾ ਕੇ ਕਰੂੰਗੀ, ਅਤੇ ਕੱਪੜੇ ਸਾਡੇ ਸਾਰੇ ਧੁੱਲ ਹੋ ਗਏ ਆ। ਟਾਈਸਨ ਵੀ ਨਹਾ ਕੇ ਨੀਚੇ ਜਾ ਚੁੱਕਾ ਆ, ਅਤੇ ਬਸ ਮੈਂ ਨੀਚੇ ਜਾ ਕੇ ਨਹਾਉਣਾ ਆ, ਅਤੇ ਜਿਹੜਾ ਨਾਸ਼ਤਾ ਦਾ ਕੰਮ ਆ ਉਹ ਸਾਰਾ ਖਤਮ ਕਰਨਾ ਆ। ਅਤੇ ਮੈਂ ਨਹਾ ਲਿਆ ਸੀ, ਨਹਾਉਣ ਤੋਂ ਬਾਅਦ ਅਸੀਂ ਖਾਣਾ ਵਗੈਰਾ ਵੀ ਖਾ ਲਿਆ ਸੀ। ਅਸੀਂ ਇਸ ਤਰ੍ਹਾਂ ਬੈੱਡ 'ਤੇ ਜਿਹੜਾ ਟਾਵਲ ਵੀ ਛਾ ਕੇ ਜਿਹੜਾ ਖਾਣਾ ਖਾਈਦਾ, ਕਿਉਂਕਿ ਸਾਡੇ ਕੋਲ ਕੋਈ ਵੀ ਡਾਇਨਿੰਗ ਟੇਬਲ ਵਗੈਰਾ ਨਹੀਂ ਹੈਗਾ, ਅਤੇ ਏਸੀ ਵੀ ਇਸੇ ਰੂਮ 'ਚ ਆ, ਸੋ ਗਰਮੀ ਬਹੁਤ ਆ, ਤਾਂ ਏਸੀ 'ਚ ਬੈਠ ਕੇ ਖਾਣਾ ਖਾਣਾ ਹੁੰਦਾ ਆ। ਅਤੇ ਖਾਣਾ ਖਾਣ ਤੋਂ ਬਾਅਦ ਦੇਖੋ ਮੈਂ ਬੈੱਡ ਸਾਰਾ ਸਾਫ਼ ਕਰ ਦਿੱਤਾ ਆ, ਅਤੇ ਬੈੱਡਸ਼ੀਟ ਵਗੈਰਾ ਕਿਉਂਕਿ ਖਰਾਬ ਹੋ ਜਾਂਦੀ ਆ ਬੈਠਣ ਦੇ ਨਾਲ, ਅਤੇ ਮੈਂ ਸਾਰਾ ਬੈੱਡ ਵਿਛਾ ਕੇ ਕੰਬਲ ਵਗੈਰਾ ਵਿਛਾ ਦਿੱਤਾ ਆ, ਅਤੇ ਹੁਣ ਮੇਰੇ ਸਾਰੇ ਕੰਮ ਜਿਹੜੇ ਆ ਖਤਮ ਹੋ ਚੁੱਕੇ ਆ। ਅਤੇ ਇੱਥੇ ਮੈਂ ਫ੍ਰੀ ਸੀ, ਮੇਰੇ ਕੋਲ ਕੋਈ ਟਾਈਮ ਨਹੀਂ ਸੀਗਾ, ਹਸਬੈਂਡ ਮੇਰੇ ਕਿਤੇ ਕੰਮ ਲਈ ਗਏ ਹੋਏ ਸੀ, ਉਹਨਾਂ ਨੇ ਥੋੜ੍ਹਾ ਟਾਈਮ ਬਾਅਦ ਆਉਣਾ ਸੀ, ਅਤੇ ਮੈਂ ਸੋਚਿਆ ਕਿ ਜਿਹੜਾ ਕੱਲ੍ਹ ਮੈਂ ਸੂਟ ਕੱਢਿਆ ਸੀ ਮੈਂ ਉਹਦੀ ਕਟਿੰਗ ਕਰ ਲੈਂਦੀ ਹਾਂ। ਸੋ ਮੈਂ ਇੱਥੇ ਪਹਿਲਾਂ ਸੂਟ ਨੂੰ ਪ੍ਰੈੱਸ ਕਰਕੇ ਰੱਖ ਲਿਆ, ਇਸ ਕਰਕੇ ਮਤਲਬ ਕਿ ਇਹਦੇ ਸਾਰੇ ਵਾਲ ਵਗੈਰਾ ਕੱਢ ਲੂੰਗੀ, ਅਤੇ ਉਹਦੇ ਨਾਲ ਕੀ ਹੈ ਕਟਿੰਗ ਕਰਨੀ ਆਸਾਨ ਹੋਊਗੀ। ਮੈਂ ਨੀਚੇ ਕੱਟਣਾ ਸੀ, ਫਿਰ ਮੈਂ ਸੋਚਿਆ ਕਿ ਜੇ ਮੈਂ ਨੀਚੇ ਜਾਊਂਗੀ ਫਿਰ ਮੈਨੂੰ ਟਾਈਮ ਲੱਗ ਜਾਣਾ ਆ, ਅਤੇ ਨੀਚੇ ਜਿਸ ਦਿਨ ਮੇਰੇ ਹਸਬੈਂਡ ਘਰ ਹੁੰਦੇ ਆ ਮੈਂ ਉਸ ਦਿਨ ਨੀਚੇ ਦਾ ਕੰਮ ਨਹੀਂ ਕਰਦੀ ਹੈਗੀ, ਮਤਲਬ ਕਿ ਅੱਜ ਸੰਡੇ ਆ, ਸੋ ਮੈਂ ਸੰਡੇ ਨੂੰ ਘਰ ਕੰਮ ਨਹੀਂ ਕਰਨਾ ਹੈਗਾ, ਸਿਲਾਈ ਵਗੈਰਾ ਦਾ ਕੁਛ। ਇੱਥੇ ਮੇਰੇ ਕੋਲ ਟਾਈਮ ਸੀ ਤਾਂ ਮੈਂ ਸੋਚਿਆ ਕਿ ਮੈਂ ਚਲੋ ਕਟਿੰਗ ਕਰ ਲੈਂਦੀ ਹਾਂ, ਕਿਉਂਕਿ ਸੂਟ ਕੱਟਿਆ ਹੋਊਗਾ ਅਤੇ ਫਿਰ ਉਹਨੂੰ ਸਿਲਾਈ ਕਰਨਾ ਬਹੁਤ ਆਸਾਨ ਹੋ ਜਾਂਦਾ ਆ, ਅਤੇ ਝਟਪਟ ਜਿਹੜੀ ਆ ਸਿਲਾਈ ਹੋ ਜਾਂਦੀ ਆ। ਕਟਿੰਗ ਕਰਕੇ ਚਲੋ ਮੈਂ ਰੱਖ ਲੂੰਗੀ, ਅਤੇ ਅੱਜ ਦੀ ਵੀਡੀਓ ਬਸ ਇੰਨਾ ਹੀ। ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਰੱਬ ਰੱਖਾ, ਆਪਣਾ ਖਿਆਲ ਰੱਖਣਾ, ਘਰਾਂ ਦੇ ਵਿੱਚ ਸਭ ਸੇਫ ਰਹਿ।